हेलो स्टूडेंट्स, वेलकम टू माय यूट्यूब चैनल। साडा आज का टॉपिक है चैप्टर नंबर 4, लिबर्टी एंड डिसिप्लिन। इस चैप्टर नो लिखन वाले फील्ड मार्शल सर विलियम स्लिम है, जो कि ब्रिटिश आर्मी दे विच चीफ ऑफ द इंपीरियल जनरल स्टाफ जॉब करते सी। और एक बहुत ही वधिया चैप्टर उन्होंने डिसिप्लिन ते लिखिया, क्योंकि वो ब्रिटिश आर्मी दे विच सीगे। और इस चैप्टर दे विच असी दोनों वर्ड्स दी इंपॉर्टेंस और दोनों वर्ड्स दा डिफरेंस क्लियर करांगे। चैप्टर दा नाम देखिए लिबर्टी एंड डिसिप्लिन। दोनों ही चीज़ा अलग अलग है। लिबर्टी मीन्स आज़ादी, फ्रीडम, एंड डिसिप्लिन मीन्स अनुशासन। जदों किसी नियमा दे विच बज के असी अपना काम करीदा है, उन्हों डिसिप्लिन कह दिता जांदा है। किसी नियम दे विच रह के चलना डिसिप्लिन है। और लिबर्टी दा मतलब आज़ादी। चैप्टर दी शुरुआत विच ही ऑथर एक एग्जाम्पल दिंदा है कि दोनों नू किवें एक्सप्लेन कीता जाए कि वट इज़ लिबर्टी एंड वट इज़ डिसिप्लिन। तो स्टार्टिंग दे विच ही ऑथर कहता है, वैन यू गैट इन टू योर कार ऑन और ऑन योर बाइसाइकिल, यू कैन चूज वेयर यू वॉन्ट टू गो। अगर तुसी किसी कार या बाइसाइकिल दे विच जाना चाहते हो तो इट इज़ यूअर चॉइस, ताड़ी चॉइस होएगी कि तुसी कित्थे जाना है। मीन्स यू आर फ्री टू सिलेक्ट द चॉइस वेयर यू वॉन्ट टू गो। तुसी आज़ाद हो इस चीज़ नू सिलेक्ट करन ले, डिसाइड करन ले कि तुसी कित्थे जाना है। दैट इज़ लिबर्टी। इनू आज़ादी बोल देंदे है। बट एज़ यू ड्राइव और राइड थ्रू द स्ट्रीट्स यू विल कीप टू द लेफ्ट ऑफ द रोड। तुहानू सब नू पता है कि जदों असी सड़क ते चलदे हाँ तो सानू की कहा जांदा है, दैट वी शुड कीप लेफ्ट टू द रोड, कीप अवर सेल्फ लेफ्ट टू द रोड। असी सड़क दे खब्बे पासे चलना है। और ये नियम है, दैट इज डिसिप्लिन। फोर रीजनस आर गिवन इन द लेसन। चार रीजन साडे कोल दिते है कि अगर असी खब्बे पासे चलना है तो क्यों, वाई। हर एक दे मन दे विच ये सवाल आएगा कि क्यों, साडी आज़ादी है, असी किसी भी तरह चल सकते हैं, लेकिन असी फिर भी इस रूल नू फॉलो करते हैं कि असी लेफ्ट हैंड साइड ही चलीए। तो रीज़न ऑथर की दिंदा है, फर्स्ट रीज़न your own advantage, ਤੁਹਾਡਾ ਆਪਣਾ ਫਾਇਦਾ ਹੋਏਗਾ। ਸੈਕਿੰਡ, ਕੰਸਿਡਰੇਸ਼ਨ ਫੋਰ ਅਦਰਸ, ਦੂਸਰਿਆਂ ਦੇ ਲਈ ਵੀ ਇੱਕ ਮੋਰਲ ਹੁੰਦਾ ਹੈ। ਕੌਨਫੀਡੈਂਸ ਇਨ ਯੋਰ ਫੈਲੋਜ ਐਂਡ ਫੀਅਰ ਆਫ ਪਨਿਸ਼ਮੈਂਟ। ਫੀਅਰ, ਡਰ ਹੈ ਸਾਨੂੰ ਕਿ ਸਾਨੂੰ ਸਜ਼ਾ ਨਾ ਹੋ ਜਾਏ। ਜਦੋਂ ਅਸੀਂ ਕਿਸੇ ਕਾਨੂੰਨ ਦੇ ਦਾਇਰੇ ਦੇ ਵਿੱਚੋਂ ਨਿਕਲ ਕੇ ਆਜ਼ਾਦੀ ਨੂੰ ਮਿਸਯੂਜ਼ ਕਰਦੇ ਹਾਂ, ਜਦੋਂ ਅਸੀਂ ਉਸ ਅਨੁਸ਼ਾਸਨ ਨੂੰ ਭੰਗ ਕਰਦੇ ਹਾਂ, ਤਾਂ ਫਿਰ ਉਸ ਕਾਨੂੰਨ ਨੂੰ ਭੰਗ ਕਰਨ ਲਈ ਸਾਨੂੰ ਸਜ਼ਾ ਦਿੱਤੀ ਜਾਂਦੀ ਹੈ। ਫੋਰ ਇਗਜ਼ਾਮਪਲ, ਨਹੀਂ ਸਮਝ ਪਾਉਂਦੇ ਕਿ ਹੈਲਮੇਟ ਪਾਉਣਾ ਜ਼ਰੂਰੀ ਕਿਉਂ ਕਿਹਾ ਜਾਂਦਾ, ਔਰ ਫਿਰ ਵੀ ਸਭ ਨੂੰ ਆਪਣੀ ਸੇਫਟੀ ਪਰਪਸ ਲਈ ਪਤਾ ਹੈ ਕਿ ਪਾਉਣਾ ਹੈ, ਲੇਕਿਨ ਫਿਰ ਵੀ ਨਹੀਂ ਪਾਉਂਦੇ। ਔਰ ਕਈ ਵਾਰ ਸਿਰਫ ਚਲਾਨ ਦੇ ਡਰ ਤੋਂ ਹੀ ਹੈਲਮੇਟ ਪਾਇਆ ਹੁੰਦਾ। ਇਸੇ ਤਰ੍ਹਾਂ ਇਨ ਨਾਵਾ ਡੇਜ਼, ਅਗਰ ਮਾਸਕ ਲਗਾਉਣ ਦੀ ਸਾਨੂੰ ਇੱਕ ਰਿਸਟ੍ਰਿਕਸ਼ਨ ਦਿੱਤੀ ਹੈ ਕਿ ਅਗਰ ਘਰੋਂ ਬਾਹਰ ਨਿਕਲਣਾ ਹੈ ਤਾਂ ਤੁਸੀਂ ਮਾਸਕ ਲਗਾ ਕੇ ਨਿਕਲੋ, ਲੇਕਿਨ ਫਿਰ ਵੀ ਕਈ ਲੋਕ ਮਾਸਕ ਨੂੰ ਯੂਜ਼ ਨਹੀਂ ਕਰ ਰਹੇ। ਅਤੇ ਫਿਰ ਉੱਥੇ ਕੀ ਰਹਿ ਜਾਂਦਾ ਸੋਲਿਊਸ਼ਨ, ਕਿ ਕਿਵੇਂ ਲੋਕਾਂ ਨੂੰ ਸਮਝਾਇਆ ਜਾਏ? ਅਤੇ ਫਿਰ ਇੱਕ ਪਨਿਸ਼ਮੈਂਟ ਰੱਖ ਦਿੱਤੀ ਗਈ ਕਿ ਚਲਾਨ ਕੱਟਿਆ ਜਾਏਗਾ। ਅਤੇ ਉਸ ਚੀਜ਼ ਤੋਂ ਡਰ ਕੇ ਫਿਰ ਲੋਕ ਮਾਸਕ ਪਹਿਨ ਕੇ ਜਾਂਦੇ ਆ। ਅਤੇ ਇਟ ਇਜ਼ ਅ ਵੈਰੀ ਇੰਪੋਰਟੈਂਟ ਰੀਜ਼ਨ, ਫੀਅਰ ਆਫ ਪਨਿਸ਼ਮੈਂਟ। ਇਸ ਤਰ੍ਹਾਂ ਅਨੁਸ਼ਾਸਨ ਨੂੰ ਜਾਂ ਡਿਸਿਪਲਿਨ ਨੂੰ ਫੋਲੋ ਕੀਤੇ ਬਿਨਾਂ ਸਾਡੇ ਕੋਲ ਕੋਈ ਦੂਸਰਾ ਚਾਰਾ ਨਹੀਂ ਹੈ। ਹੁਣ ਇਹ ਗੱਲ ਆਜ਼ਾਦੀ ਦੀ ਆਈ ਕਿ ਅਸੀਂ ਜਿੱਥੇ ਜੋ ਚਾਹੀਏ ਅਸੀਂ ਸੋਚ ਸਕਦੇ ਹਾਂ, ਜੋ ਪਸੰਦ ਕਰ ਸਕਦੇ ਹਾਂ ਉਹ ਕਰ ਸਕਦੇ ਹਾਂ, ਆਪਣੀ ਪਸੰਦ ਦਾ ਕੰਮ, ਆਪਣੀ ਪਸੰਦ ਦੀ ਜਗ੍ਹਾ 'ਤੇ ਅਸੀਂ ਜਾ ਸਕਦੇ ਹਾਂ। ਲੇਕਿਨ ਉਹਦੇ ਉੱਪਰ ਜੋ ਇੱਕ ਲਗਾਮ ਲਗਾ ਦਿੰਦੀ ਹੈ, ਉਸ ਆਜ਼ਾਦੀ ਦੇ ਉੱਪਰ ਇੱਕ ਰੋਕ ਲਗਾ ਦਿੰਦੀ ਹੈ, ਉਹ ਚੀਜ਼ ਹੈ ਅਨੁਸ਼ਾਸਨ। ਔਰ ਹਰ ਇੱਕ ਬੰਦਾ ਉਸ ਤੋਂ ਬਚਣਾ ਚਾਹੁੰਦਾ, ਲੇਕਿਨ ਅਸੀਂ ਇੱਦਾਂ ਕਰ ਨਹੀਂ ਸਕਦੇ। ਹੁਣ ਤੁਸੀਂ ਖੁਦ ਹੀ ਇੱਕ ਇਗਜ਼ਾਮਪਲ ਨੂੰ ਅਗਰ ਤੁਸੀਂ ਉਹਦੇ ਬਾਰੇ ਓਬਜ਼ਰਵ ਕਰੋ, ਸੋਚੋ ਥੋੜ੍ਹੀ ਦੇਰ ਲਈ, ਇਮੇਜਿਨ ਕਰੋ ਕਿ ਅਗਰ
ਸਾਨੂੰ ਲੈਫਟ ਹੈਂਡ ਸਾਈਡ ਚੱਲਣੇ ਨੂੰ ਨਾ ਕਿਹਾ ਜਾਏ ਜਾਂ ਇੱਕ ਪ੍ਰੋਪਰ ਡਿਸਿਪਲਿਨ ਨੂੰ ਟ੍ਰੈਫਿਕ ਰੂਲਸ ਨੂੰ ਫੋਲੋ ਕਰਨ ਲਈ ਅਸੀਂ ਉੱਤੋਂ ਐਗਜ਼ੈਂਪਟ ਹੋ ਜਾਂਦੇ ਹਾਂ ਕਿ ਠੀਕ ਹੈ ਅਸੀਂ ਉਹ ਰੂਲ ਫੋਲੋ ਨਹੀਂ ਕਰਨੇ ਅਤੇ ਤੁਸੀਂ ਸੜਕ ਦਾ ਹਾਲ ਦੇਖੋ ਤੁਸੀਂ ਰੋਡ ਦੇ ਉੱਪਰ ਚੱਲ ਨਹੀਂ ਸਕੋਗੇ ਕਿਉਂਕਿ ਕਿਸੇ ਦੀ ਵੀ ਮਰਜ਼ੀ ਹੈ ਤੁਹਾਡੇ ਅੱਗੇ ਆ ਕੇ ਖੜ੍ਹਾ ਹੋ ਜਾਏਗਾ ਕਿਸੇ ਦੀ ਵੀ ਮਰਜ਼ੀ ਹੈ ਉਹ ਤੁਹਾਨੂੰ ਆਪਣੀ ਮਰਜ਼ੀ ਦੇ ਨਾਲ ਕ੍ਰੋਸ ਕਰਦੇ ਤੁਹਾਨੂੰ ਰਸਤਾ ਨਹੀਂ ਦੇਵੇਗਾ ਅਤੇ ਕਿੰਨੀ ਤਰ੍ਹਾਂ ਦੀ ਪ੍ਰੋਬਲਮ ਹੋ ਸਕਦੀ ਹੈ ਇਸੇ ਤਰ੍ਹਾਂ ਅਗਰ ਸਕੂਲ ਦੇ ਵਿੱਚ ਦੇਖੀਏ ਤਾਂ ਇੱਕ ਡਿਸਿਪਲਿਨ ਹੁੰਦਾ ਕਿ ਟਾਈਮ ਦੇ ਨਾਲ ਬੈਲ ਹੋਣੀ ਹੈ ਟਾਈਮ ਦੇ ਨਾਲ ਛੁੱਟੀ ਹੋਣੀ ਹੈ ਅਗਰ ਅਸੀਂ ਉਸ ਚੀਜ਼ ਨੂੰ ਅਗਰ ਫੋਲੋ ਨਹੀਂ ਕਰਦੇ ਤਾਂ ਕਲਾਸ ਦੇ ਵਿੱਚ ਕੋਈ ਵੀ ਰੂਲਸ ਨੂੰ ਫੋਲੋ ਕੀਤੇ ਬਗੈਰ ਪੜ੍ਹਾਉਣਾ ਮੁਸ਼ਕਿਲ ਹੋ ਜਾਂਦਾ ਸਾਡੀ ਹਿਸਟਰੀ ਵੀ ਇਹ ਕਹਿੰਦੀ ਹੈ ਹਿਸਟਰੀ ਦੇ ਵਿੱਚ ਵੀ ਇਹੀ ਦੱਸਿਆ ਕਿ ਜਿੱਥੇ ਅਨੁਸ਼ਾਸਨ ਨਹੀਂ ਹੋਏਗਾ ਨਾ ਜਿਸ ਚਾਹੇ ਉਹ ਘਰ ਹੋਏ ਚਾਹੇ ਉਹ ਸਕੂਲ ਹੋਏ ਚਾਹੇ ਇੰਸਟੀਟਿਊਸ਼ਨ ਹੋਏ ਚਾਹੇ ਕੋਈ ਦੇਸ਼ ਹੋਏ ਉੱਥੇ ਜੋ ਇਕੋਨਮਿਕ ਕੰਡੀਸ਼ਨ ਹੈ ਉਹ ਹੌਲੀ ਹੌਲੀ ਡੁੱਬਦੀ ਚਲੀ ਜਾਂਦੀ ਹੈ ਉੱਥੇ ਦਾ ਲਿਵਿੰਗ ਸਟੈਂਡਰਡ ਖਰਾਬ ਹੁੰਦਾ ਚਲਾ ਜਾਂਦਾ ਔਰ ਇਸੇ ਚੀਜ਼ ਨੂੰ ਮੁੱਖ ਰੱਖਦਿਆਂ ਹੋਇਆਂ ਤੁਸੀਂ ਦੇਖੋ ਕਿ ਕਿਸੇ ਵੀ ਕੰਟਰੀ ਦੇ ਵਿੱਚ ਜੋ ਆਰਮੀ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਸਖਤ ਕਾਨੂੰਨ ਬਣਾਏ ਗਏ ਹੈ ਡਿਸਿਪਲਿਨ ਨੂੰ ਫੋਲੋ ਕਰਨ ਵਾਸਤੇ ਉਹਨਾਂ ਨੂੰ ਸਿਖਾਇਆ ਜਾਂਦਾ ਕਿ ਕਿਵੇਂ ਡਿਸਿਪਲਿਨ ਦੇ ਵਿੱਚ ਰਹਿ ਕੇ ਆਪਣਾ ਕੰਮ ਕਰਨਾ ਲੇਕਿਨ ਹਰ ਇੱਕ ਬੰਦਾ ਸੋਚਦਾ ਹੈ ਮੈਂ ਕਿਉਂ ਕਰਾਂ ਛੱਡ ਦੇਵਾਂ ਲੇਕਿਨ ਇਸ ਤੋਂ ਇਲਾਵਾ ਕੋਈ ਚੋਇਸ ਨਹੀਂ ਹੈ ਇਸ ਤੋਂ ਕੋਈ ਵੀ ਬਾਹਰ ਨਹੀਂ ਜਾ ਸਕਦਾ ਇਹ ਮੰਨਣਾ ਹੀ ਪਏਗਾ ਹੁਣ ਜਦੋਂ ਡਿਸਿਪਲਿਨ ਵਰਡ ਆਉਂਦਾ ਨਾ ਤਾਂ ਸਾਡੇ ਸਾਹਮਣੇ ਮਾਇੰਡ ਦੇ ਵਿੱਚ ਇਮੇਜ ਕੀ ਆ ਜਾਂਦੀ ਹੈ ਇੱਕ ਬਹੁਤ ਅਫਸਰ ਜਿਹਨੇ ਕਿ ਬਹੁਤ ਸਾਰੇ ਆਪਣੇ ਡਰੈਸ ਦੇ ਉੱਪਰ ਬੜਾ ਟਾਈਟ ਕੱਪੜੇ ਪਾ ਕੇ ਆਪਣੇ ਆਪ ਨੂੰ ਫਿੱਟ ਕੀਤਾ ਹੋਇਆ ਔਰ ਬੂਟ ਪਾਏ ਹੋਏ ਹੈ ਔਰ ਬਿਲਕੁਲ ਆਰਮੀ ਦੀ ਜਾਂ ਡਿਫੈਂਸ ਦੀ ਲੁੱਕ ਸਾਨੂੰ ਔਡਰ ਦਿੰਦਾ ਚਲਾ ਜਾਂਦਾ ਇਵੇਂ ਦੀ ਇਮੈਜੀਨੇਸ਼ਨ ਸਾਡੇ ਮਾਇੰਡ ਦੇ ਵਿੱਚ ਆ ਜਾਂਦੀ ਹੈ ਲੇਕਿਨ ਇਹ ਹਮੇਸ਼ਾ ਜੋ ਅਨੁਸ਼ਾਸਨ ਹੈ ਅਗਰ ਜ਼ੋਰ ਜ਼ਬਰਦਸਤੀ ਦੇ ਨਾਲ ਕਰਾਇਆ ਜਾਂਦਾ ਤਾਂ ਫਿਰ ਉਹ ਡਿਸਿਪਲਿਨ ਨਹੀਂ ਹੈ ਉਹ ਤਾਨਾਸ਼ਾਹੀ ਹੈ ਔਰ ਤਾਨਾਸ਼ਾਹੀ ਦਾ ਮਤਲਬ ਹੁੰਦਾ ਜ਼ਬਰਦਸਤੀ ਕਿਸੇ ਨੂੰ ਆਪਣਾ ਹੁਕਮ ਮਨਾਇਆ ਜਾਏ ਫਿਰ ਇੱਥੇ ਸਰ ਵਿਲੀਅਮ ਸਲਿਮ ਆਪਣੀ ਲਾਈਫ ਦਾ ਇੱਕ ਐਕਸਪੀਰੀਅੰਸ ਸ਼ੇਅਰ ਕਰਦੇ ਹੈ ਕਿ ਬਹੁਤ ਸਮੇਂ ਪਹਿਲੇ ਇੱਕ ਸਵੇਰ ਜਦੋਂ ਮੈਂ ਨਵੇਂ ਬਣੇ ਹੋਏ ਸੈਕਿੰਡ ਲੈਫਟੀਨੈਂਟ ਦੇ ਤੌਰ 'ਤੇ ਪਰੇਡ ਵੱਲ ਜਾ ਰਿਹਾ ਸੀ ਨਵਾਂ ਨਵਾਂ ਲੈਫਟੀਨੈਂਟ ਬਣਿਆ ਸੀ ਸੈਕਿੰਡ ਲੈਫਟੀਨੈਂਟ ਬਣਿਆ ਸੀ ਅਤੇ ਕੀ ਹੋਇਆ ਉੱਥੇ ਇੱਕ ਘਟਨਾ ਵਾਪਰੀ ਇੱਕ ਫੌਜੀ ਮੇਰੇ ਕੋਲੋਂ ਲੰਘਿਆ ਅਤੇ ਮੈਨੂੰ ਸਲੂਟ ਕਰਕੇ ਗਿਆ ਇਹ ਰੂਲ ਹੈ ਕਿ ਜਦੋਂ ਜੂਨੀਅਰ ਔਰ ਸੀਨੀਅਰ ਇੱਕ ਦੂਸਰੇ ਦੇ ਨਾਲ ਆਮਣੇ ਸਾਹਮਣੇ ਹੁੰਦੇ ਹੈ ਅਤੇ ਜੂਨੀਅਰ ਨੇ ਸਲਿਊਟ ਕਰਨਾ ਔਰ ਉਹਦਾ ਜਵਾਬੀ ਸਲਿਊਟ ਵੀ ਉਹਨੂੰ ਸੀਨੀਅਰ ਨੇ ਉਸੇ ਤਰੀਕੇ ਦੇ ਨਾਲ ਦੇਣਾ ਜਦੋਂ ਮੈਨੂੰ ਜੂਨੀਅਰ ਨੇ ਸਲੂਟ ਕੀਤਾ ਔਰ ਉਹ ਚਲਾ ਗਿਆ ਮੈਂ ਉਸਦੇ ਸਲੂਟ ਦਾ ਜਵਾਬ ਪ੍ਰੋਪਰ ਨਹੀਂ ਕੀਤਾ ਸਿਰਫ ਹੱਥ ਹਿਲਾ ਕੇ ਐਕਸੈਪਟ ਕਰ ਲਿਆ ਅਚਾਨਕ ਪਿੱਛੋਂ ਮੈਨੂੰ ਇੱਕ ਆਵਾਜ਼ ਸੁਣਾਈ ਦਿੱਤੀ ਜਿਹਦੇ ਵਿੱਚ ਕਿ ਮੇਰਾ ਨਾਂ ਪੁਕਾਰਿਆ ਗਿਆ ਮੈਂ ਸਿਰ ਘੁੰਮਾ ਕੇ ਦੇਖਿਆ ਅਤੇ ਪਿੱਛੇ ਮੇਰੇ ਕਰਨਲ ਖੜ੍ਹੇ ਸੀ ਮੀਨਸ ਮੇਰੇ ਤੋਂ ਸੀਨੀਅਰ ਜਿਸ ਦੀ ਮੈਂ ਬਹੁਤ ਜ਼ਿਆਦਾ ਰਿਸਪੈਕਟ ਕਰਦਾ ਸੀ ਔਰ ਉਸਦੇ ਨਾਲ ਰੈਜੀਮੈਂਟਲ ਸਰਜਨ ਮੇਜਰ ਖੜ੍ਹੇ ਸੀ ਜਿਹ ਤੋਂ ਮੈਂ ਬਹੁਤ ਡਰਦਾ ਸੀ ਕਰਨਲ ਨੇ ਕਿਹਾ ਮੈਂ ਦੇਖਦਾ ਤੈਨੂੰ ਨਹੀਂ ਪਤਾ ਕਿ ਸਲੂਟ ਦਾ ਵਾਪਸੀ ਜਵਾਬ ਕਿਵੇਂ ਦਿੱਤਾ ਜਾਂਦਾ ਸਰਜਨ ਮੇਜਰ ਨੂੰ ਉਹਨਾਂ ਨੇ ਕਿਹਾ ਜਾਓ ਔਰ ਆਪਣੀ ਛੜੀ ਮੈਦਾਨ ਦੇ ਵਿੱਚ ਵਿਚਕਾਰ ਗੱਡ ਦਿਓ ਔਰ ਮਿਸਟਰ ਸਲਿਮ ਮੀਨਸ ਮੈਨੂੰ ਕੀ ਔਡਰ ਦਿੱਤਾ ਕਿ ਸਲਿਊਟ ਦਾ ਓਨਾ ਚਿਰ ਤਜ਼ਰਬਾ ਕਰਨ ਦਿਓ ਇਹਨੂੰ ਜਿੰਨਾ ਚਿਰ ਇਹਨੂੰ ਵਾਪਸੀ ਸਲਿਊਟ ਦੀ ਜਾਂਚ ਨਾ ਆ ਜਾਏ ਮੀਨਸ ਇਸ ਉਸ ਛੜੀ ਨੂੰ ਇਹ ਸਲਿਊਟ ਕਰੀ ਜਾਏ ਇਸ ਲਈ ਇੱਧਰ ਉੱਧਰ ਜਿੱਥੇ ਵੀ ਮੇਰੀ ਨਜ਼ਰ ਗਈ ਮੈਂ ਸਾਰੀ ਬਟਾਲੀਅਨ ਦੇ ਸਾਹਮਣੇ ਸਰਜਨ ਦੀ ਛੜੀ ਨੂੰ ਸਲਿਊਟ ਕੀਤਾ ਜੋ ਕਿ ਵਿਚਕਾਰ ਗੱਡੀ ਹੋਈ ਸੀ ਮੈਂ ਉਹਨੂੰ ਸਲਿਊਟ ਕੀਤਾ ਔਰ ਮੇਜਰ ਸਰਜਨ ਹੱਸ ਰਹੇ ਸੀ ਲੇਕਿਨ ਮੇਰੇ ਅੰਦਰ ਇੰਨਾ ਗੁੱਸਾ ਸੀਗਾ ਕਿ ਮੈਂ ਕੁਛ ਵੀ ਕਰ ਸਕਦਾ ਸੀ 10 ਮਿੰਟ ਬਾਅਦ ਕਰਨਲ ਨੇ ਮੈਨੂੰ ਆਪਣੇ ਕੋਲ ਬੁਲਾਇਆ ਔਰ ਕਿਹਾ ਕਿ ਯਾਦ ਰੱਖਣਾ ਜੋ ਅਨੁਸ਼ਾਸਨ ਹੈ ਜਾਂ ਜੋ ਡਿਸਿਪਲਿਨ ਹੈ ਇਹ ਅਫਸਰਾਂ ਤੋਂ ਹੀ ਸ਼ੁਰੂ ਹੁੰਦਾ ਹੈ ਮੀਨਸ ਸੀਨੀਅਰਸ ਤੋਂ ਸ਼ੁਰੂ ਹੁੰਦਾ ਅਗਰ ਸੀਨੀਅਰਸ ਆਪਣੀ ਕਿਸੇ ਵੀ ਔਰਗਨਾਈਜੇਸ਼ਨ ਦੇ ਵਿੱਚ ਅਗਰ ਡਿਸਿਪਲਿਨ ਨੂੰ ਫੋਲੋ ਕਰੂਗੇ ਤਾਂ ਉਹਦੇ ਜੋ ਇੰਪਲੋਈਜ਼ ਹੈ ਜੋ ਜਾਂ ਜੂਨੀਅਰਸ ਹੈ ਅਤੇ ਉਹ ਵੀ ਉਸ ਚੀਜ਼ ਨੂੰ ਫੋਲੋ ਕਰੂਗੇ ਅਗਰ ਬੌਸ ਹੀ ਔਫਿਸ ਲੇਟ ਆ ਰਿਹਾ ਅਤੇ ਬਾਕੀ ਇੰਪਲੋਈਜ਼ ਕਦੀ ਵੀ ਟਾਈਮ 'ਤੇ ਨਹੀਂ ਆਉਗੇ ਅਗਰ ਬੈਂਕ ਦੇ ਵਿੱਚ ਮੈਨੇਜਰ ਹੀ ਕੰਮ ਨਹੀਂ ਕਰ ਰਿਹਾ ਤਾਂ ਉਹ ਦੂਸਰਿਆਂ ਨੂੰ ਕੰਮ ਕਰਨ ਨੂੰ ਕਿਵੇਂ ਕਹਿ ਸਕਦਾ ਅਗਰ ਇੱਕ ਟੀਚਰ ਹੀ
क्लास दे विच रोज़ लेट आंदा है तो वह स्टूडेंट्स नू टाइम ते आण नू किवें कह सकदा है। और जदों एक डिसिप्लिन नू मनन वाला बॉस या लीडर जदों अपने तो जूनियर्स नू कोई ऑर्डर देगा तो उहदे ऑर्डर नू ओबे करना इस तरीके दे नाल ऑटो दे विच होएगा कि किसी नू कुछ समझाण दी या कहण दी दोबारा जरूरत ही नहीं पएगी। अपने आप समझ बूझ दे आधार दे उत्ते ही उहदे जो टीम है उहनू फॉलो करेगी। इत्थे हुण विलियम स्लिम ये भी गल कहिंदे है कि किसी नू जोर जबरदस्ती करके डिसिप्लिन नू मनाना ये गलत होएगा। हर एक इंसान नू सैल्फ डिसिप्लिन दी वैल्यू नू भी समझना चाहिदा है, उहनू भी समझना चाहिदा है कि स्वय अनुशासन की हुंदा है और सानू बिना किसी दे कहे। हुण कई लोग कुछ लोग लोगों नू पता हुंदा है कि जिथे असीं जॉब कर रहे हाँ उत्थे कैमरा लगा होया है या सानू कोई ऑबजर्व कर रहा है तो फिर वह काम करदे है। अगर दूसरी तरफ वो चीज़ ना होए तो वो अपने काम दे विच ढिले पै जांदे है। लेकिन इत्थे ऑथर कहिंदा है कि एक बार वो भी टाइम सी जदों कि लास्ट वॉर हो रही सी और तेज़ हमले दरम्यान ब्रिटिश रेलवेज़ दे हज़ारां विचों हज़ार सिग्नलमैन उत्थे रेलवेज़ दे विच लगे है, लेकिन उहदे विचों एक भी सिग्नलमैन अपना काम छड्ड के उस लड़ाई दे समय उत्थों नहीं दौड़िया क्योंकि उन्होंने कोई उस टाइम ऑबजर्व नहीं कर रहा सीगा। लेकिन इत्थे वो सैल्फ डिसिप्लिन दे विच सीगे, वो सैल्फ सिंसियरिटी नू शो कर रहे सी कि असी किसे नू दिखाण वास्ते काम नहीं कर रहे हां। वो उस थां ते खड़े सी जिथे कि वो बिल्कुल निशाने दे थले सी और कमज़ोर ते शीशे नाल घिरी हुई इमारत विच खाना बनाया जिथे कि बंब भी डिगदे सी। उन्होंने पता सी कि वो किस चीज़ खातिर काम कर रहे है, वो सिर्फ पैसे खातिर नहीं कर रहे सीगे, वो अपने काम नू मुख रखदिया होया अपना फर्ज निभा रहे सी। उत्थे उन्हां नू कोई ऑबजर्व नहीं कर रहा सी, कोई कैमरे च नहीं देख रहा सी। इस काम की महानता दूसरियां वास्ते ते देश लई सीगी। वो जानते सी कि उन्होंने अपनी नौकरी नू अपना अपने नालों अग्गे रख्या होया है। अगर वो अज इस लड़ाई दे विच उस जगह नू छड्ड के दौड़ जांदे है ते जो ट्रेनस दा जो सिस्टम है वो ठप्प हो जाना सीगा। हुण जदों असीं अपने समाज की गल करिए या देश की गल करिए तो इस समाज दे विच की हुंदा है कि जिम्मेवारी नू हर एक कोई जिम्मेवारी तो बच के अपनी जिम्मेवारी दूसरे दे उत्ते सुटना चाहुंदा है। जे हर कोई इस तरीके नाल ना करे, अपना काम खुद करे तो कदी भी ना तो किसी फैमिली दे विच कोई प्रॉब्लम आ सकती है और ना ही किसी कंट्री नू किसी भी इकोनॉमिक वेरिएशन या संकट का सामना करना पै सकता है, किसी तरह की कन्फलिक्ट का सामना करना पै सकता है। ये डिसिप्लिन ही है जो साड़ी लाइफ नो स्मूथ कर सकती है और ना सिर्फ साड़ी लाइफ अपनी लाइफ बल्कि असी पूरी फैमिली नू पूरी कंट्री दे लई इस चीज़ नू पॉजिटिव सोच सकते हैं। अज असी अपनी जिम्मेवारी की थां ते आज़ादी बारे वध सोचते हैं, असी ये सोचते हैं कि साड़ी फ्रीडम की है, असी अपनी रिस्पोंसिबिलिटी तो भजदे हैं। पर जदों लोंग रन दे विच सोचो तो असी कदे भी कुछ दिते बिना कुछ चंगी चीज़ प्राप्त करने दे काबिल नहीं होंदे। जद तिकर असी खुद कुछ एफर्ट नहीं करांगे तो सानू उहदे बदले दे विच भी कुछ अच्छा नहीं मिलेगा। आज़ादी भी कोई बुरी चीज़ नहीं है, आज़ादी अपनी जगह बहुत ही एक रिलैक्स देन वाली चीज़ है। लेकिन दूसरी तरफ जदों बिना अनुशासन तो आज़ादी का गलत फायदा उठाया जाता है जो कि सही नहीं है तो फिर उत्थे आज़ादी गलत लगनी शुरू हो जाती है। और लास्ट लाइन दे विच जो ऑथर लिखता है कि तुसी अनुशासन आज़ादी तो बिना प्राप्त कर सकते हो, मीन्स डिसिप्लिन हो सकता है जिथे कि आज़ादी नहीं है, पर तुसी कदे भी आज़ादी अनुशासन तो बगैर प्राप्त नहीं कर सकते। मतलब कि अगर तुसी आज़ाद होना चाहते हो ना तो तुहानूं डिसिप्लिन नूं फॉलो करना ही पएगा। शब्दों का हेर फेर है लेकिन गल बहुत ही ज़्यादा डीप है। और इनू ऑथर किवें लिखता है, लास्ट लाइन है, यू कैन हैव डिसिप्लिन विदाउट लिबर्टी बट यू कैन नॉट हैव लिबर्टी विदाउट डिसिप्लिन। ये सीगा तुहाडा चैप्टर नंबर 4 लिबर्टी एंड डिसिप्लिन। हुण इस चैप्टर दे विचों
कुछ क्वेश्चंस दी गल करिए ते मल्टीपल चॉइस क्वेश्चन ट्रू फॉल्स दे क्वेश्चन है और वन लाइन जिन्हों की वेरी शॉर्ट बोल देंदे है विद इन 10 to 15 वर्ड्स दे विचों क्वेश्चंस है गया और लॉन्ग क्वेश्चंस है वेरी शॉर्ट आंसर टाइप क्वेश्चंस ऑफ चैप्टर नंबर 4 लिबर्टी एंड डिसिप्लिन सी द फर्स्ट क्वेश्चन ऑफ योर book how does the author define liberty author liberty nu anushasan nu kive define karda hai kive parivashit karda hai to go anywhere while driving our vehicle is called liberty ਅਸੀਂ ਆਪਣੇ ਜੋ ਐਗਜ਼ਾਮਪਲ ਇੱਥੇ ਬੁੱਕ ਦੇ ਵਿੱਚ ਦਿੱਤੀ ਹੋਈ ਹੈ ਨਾ ਉਸੇ ਹੀ ਚੀਜ਼ ਨੂੰ ਵੈਸੇ ਤੁਸੀਂ ਐਕਚੁਅਲੀ ਲਿਬਰਟੀ ਨੂੰ ਡਿਫਾਈਨ ਕਰਨ ਵਾਸਤੇ ਅਗਰ ਤੁਸੀਂ ਸਰਚ ਕਰਦੇ ਆ ਤੇ ਉਹਦਾ ਕਾਫੀ ਲੰਬੀ ਡੈਫੀਨੇਸ਼ਨ ਆ ਜਾਂਦੀ ਹੈ ਲੇਕਿਨ ਜੋ ਆਥਰ ਨੇ ਡਾਕਟਰ ਵਿਲੀਅਮ ਸਲਿਮ ਨੇ ਜੋ ਬੁੱਕ ਦੇ ਵਿੱਚ ਦਿੱਤਾ ਹੈ ਜੋ ਲੈਸਨ ਦੇ ਵਿੱਚ ਦਿੱਤਾ ਹੈ ਕਿ ਤੁਹਾਡੀ ਆਜ਼ਾਦੀ ਹੈ ਤੁਸੀਂ ਕਿਤੇ ਵੀ ਜਗ੍ਹਾ ਕਿਸੇ ਵੀ ਜਗ੍ਹਾ ਡਰਾਈਵ ਕਰਕੇ ਜਾ ਸਕਦੇ ਆ ਦੈਟ ਇਜ਼ ਕਾਲਡ ਲਿਬਰਟੀ ਆਪਣੇ ਸਾਧਨ ਤੇ ਤੁਸੀਂ ਕਿਤੇ ਵੀ ਬੈਠ ਕੇ ਜਾ ਸਕਦੇ ਹੋ ਕਿਸੇ ਜਗ੍ਹਾ ਟੂ ਗੋ ਐਨੀ ਵੇਅਰ ਵਾਈਲ ਡਰਾਈਵਿੰਗ Our vehicle is called Liberty. See the second. What is discipline? To keep to the left of the road while driving is discipline. Discipline ki cheez hai? To keep to the left of the road. Road te, sadak te, khabbe paase chalna ਇਹ ਡਿਸਿਪਲਿਨ ਹੈ ਜੋ ਕਿ ਲੈਸਨ ਦੇ ਵਿੱਚ ਦੱਸਿਆ ਹੈ ਨੈਕਸਟ ਵਾਈ ਸ਼ੁਡ ਵਨ ਕੀਪ ਟੂ ਦਾ ਲੈਫਟ ਸਾਨੂੰ ਖੱਬੇ ਪਾਸੇ ਕਿਉਂ ਚੱਲਣਾ ਚਾਹੀਦਾ ਤੇ ਇਹਦੇ ਜੋ ਰੀਜ਼ਨ ਦਿੱਤੇ ਹੋਏ ਹੈ ਚੈਪਟਰ ਦੇ ਵਿੱਚ ਉਹਦੇ ਵਿੱਚੋਂ ਫਸਟ ਰੀਜ਼ਨ ਸੀਗਾ ਇਟ ਇਜ਼ ਫੋਰ ਵਨਸ ਓਨ ਐਡਵਾਂਟੇਜ ਪਹਿਲਾ ਕਾਰਨ ਕਿ ਸਾਨੂੰ ਆਪਣੀ ਸੇਫਟੀ ਹੈ ਆਪਣੇ ਫਾਇਦੇ ਲਈ ਦੂਸਰੀ ਗੱਲ ਦੂਸਰਿਆਂ ਦੇ ਲਈ ਕੰਸਿਡਰੇਸ਼ਨ ਆਫ ਅਦਰਸ ਐਂਡ और तीसरी गल फियर फॉर पनिशमेंट चौथी गल तीसरी गल कि सानू सजा का डर है और इसे चौथी गल जो तुसी ऐड कर सकते हैं वो है कि कॉन्फिडेंस इन योर फैलोज इतने तुसी ऐड कर सकते हैं कॉन्फिडेंस इन योर फैलोज सी द नेक्स्ट question question number 4 how does pure discipline differ from enforced discipline pure discipline shuddh anushasan or enforced discipline zabardasti thopya hoya inne de vich ki antar hai pure discipline is self discipline sahi maine de vich jo sahi shuddh anushasan jinu kiya hai oh self discipline hai ਉਹਨੂੰ ਸੈਲਫ ਡਿਸਿਪਲਿਨ ਬੋਲਿਆ ਗਿਆ ਵਾਇਲ ਜਿਹੜਾ ਜ਼ਬਰਦਸਤੀ ਥੋਪਿਆ ਜਾਂਦਾ ਹੈ ਇਨਫੋਰਸਡ ਡਿਸਿਪਲਿਨ ਇਸ ਡਿਸਿਪਲਿਨ ਆਫ ਫੀਅਰ ਵਿਚ ਕਮਸ ਫਰੋਮ ਵਿਦਆਊਟ ਇੰਟਰਸਟ ਜੋ ਕਿ ਅੰਦਰੋਂ ਨਹੀਂ ਆਉਂਦਾ ਬਾਹਰੋਂ ਜ਼ਬਰਦਸਤੀ ਥੋਪਿਆ ਜਾਂਦਾ ਹੈ ਪਿਓਰ ਡਿਸਿਪਲਿਨ ਇਜ ਸੈਲਫ ਡਿਸਿਪਲਿਨ ਵਾਇਲ ਇਨਫੋਰਸਡ ਡਿਸਿਪਲਿਨ of fear which comes from outside that is tyranny also jinnu ki tanashahi bhi bol ditta janda hai what type of liberty do the british believe in britishers keho jehi azadi de vich vishwas rakhde si they believe in the liberty to think ki kuch bhi sochiye si to say kuch bhi keh sakiye to work koi bhi kaam kar sake and to move according as they like ki jis tarike de naal oh chaan oh apne man pasand da kaam kar sakan why does one have a natural inclination to avoid discipline har insaan vich ik anushasan to bachan vaste hi kyon man de vich hamesha sochda rehnda inclination means ode edan di psychology kyon ban gayi hai it is because discipline is considered a restraint on liberty restraint means
रोक या लगाम लगा दिती जाती है जदों आजादी ते लगाम लगा दिती गई ये मन्या जाता है जदों डिसिप्लिन की गल हुंदी है। इस करके हर एक बंदा इस चीज तो बचने की कोशिश करता है। Why is discipline unavoidable for a modern man? Modern man, अनुशासन तो क्यों नहीं बच सकता? Discipline is unavoidable for a modern man because he lives in a complex society in which everybody is dependent on others. जिस समाज दे विच असीं रहिंदे हां, जटिल समाज क्यों बोलते हैं, हर एक काम लई एक दूसरे की जरूरत पैंदी है। ये चीज अज तो नहीं है, ये बहुत पहले तो एक बंदा कोई काम करता सी, एक कपड़ा बुनता सी, दूसरा बर्तन बनाता सी, ते जो कपड़े बुनने वाला है उन्हें कपड़ा दे देना और बर्तन वाले तो बर्तन ले लेने, एक दूसरे की जरूरत नू पूरा किया जाता सी पहले दे टाइम भी, और अज दे टाइम भी इसे तरीके दे नाल है, एक दूसरे दे उत्ते असी डिपेंड आ। अगर असी अनुशासन दे विच नहीं चलांगे ते समाज दे विच रहना मुश्किल हो जाएगा। इस करके सानू डिसिप्लिन नू फॉलो करना पैंदा है। हाउ डिड द ऑथर नॉलेज द सल्यूट ऑफ ए प्राइवेट सोल्जर, जो जूनियर सोल्जर ने लेखक नू आके सल्यूट, जो कि सर विलियम स्लिम सीगे, उन्होंने सल्यूट मारिया ते इन्हां ने जवाब किदां दिता? He acknowledged his salute with an airy wave of the hand, हाथ हिला के, हवा दे विच हाथ हिला के उदा जवाब दे दिता। How did the colonel punish the author for not returning a salute properly? Question number 9. फिर सजा की मिली उन्होंने इस चीज दे लई? The colonel had the author's stick planted in the ground and ordered him to practice saluting it. Till he knew how to return a salute. Colonel ने author दी stick नूं planted in the ground means उस stick नूं धरती दे विच गाड़ दिता और उन्हों order कीता कि इस stick नूं ही तो salute करी जाएगा जब तक तेनों समझ नहीं आ जाती, जब तक तू अभ्यास नहीं कर लेना कि वापसी जवाब salute दा किवें देना। Question number 10. What did the colonel tell the author अबाउट डिसिप्लिन? हुन कर्नल ऑथर नू की बोलदा डिसिप्लिन दे बारे? द कर्नल टोल्ड द ऑथर टू रिमेंबर दैट, की रिमेंबर करना है, याद की रखना है, डिसिप्लिन बिगेन विद द ऑफिसर्स, जो अनुशासन की शुरुआत होंगी है ना वो अफसरां तो होंगी, अगर अफसर करोगे ना तो जो जूनियर्स है उन्होंने अपने आप फॉलो करना है, उन्होंने बोलने की जरूरत ही नहीं है। How can the leader build up the leadership of his team? एक लीडर अपनी टीम के विच लीडरशिप किवें बना सकता है? He must be ready to accept a higher degree of responsibility. अपनी जिम्मेवारी नू समझे and a several standard of self-discipline than those he leads. अपनी जिम्मेवारी नू चंगी तरह मनने और उन्हां नालों वध सख्त पद्धर ते अनुशासन मनन लई उन्हां दे जो जूनियर्स उन्हां नू तैयार रखना चाहिदा है, जिन्हां दी ओह लीडरशिप करदा है उन्हां नू उस चीज दे लई तैयार करके रखे। दोज ही लीड, जिन्हां दा ओह लीडर है। दोबारा देखिए, ही मस्ट बी रेडी टू एक्सेप्ट अ हायर डिग्री ऑफ रिस्पॉन्सिबिलिटी। आंसर द फर्स्ट पार्ट ए होया कि पहले खुद अपनी जिम्मेवारी नू समझे, एंड देन यू कैन चेंज दिस लाइन ऑल्सो, एंड देन His followers be ready to make discipline those he leads, jinna di o lead karda paya, jinna nu o bhi, they are also ready, they were also ready to follow discipline. Question number 12. What according to the author was not a new technique invented in the last war? ऑथर दे अकॉर्डिंग लास्ट वॉर दे विच केड़ी नवी चीज नू इजाद नहीं किता गया सी या आविष्कार नहीं किता गया सी?
There is more to a soldier's discipline than blind obedience, and to take into confidence was not a new technique invented in the last war. ਅੰਨੇਵਾ ਆਗਿਆ ਪਾਲਨ ਨਾਲੋਂ ਵੱਧ ਫੌਜੀ ਦਾ ਅਨੁਸ਼ਾਸਨ ਤੇ ਬੰਦਿਆਂ ਦੇ ਨੂੰ ਵਿਸ਼ਵਾਸ ਵਿੱਚ ਲੈਣਾ ਇੱਕ ਨਵੀਂ ਟੈਕਨੀਕ ਪਿਛਲੇ ਯੁੱਧ ਵਿੱਚ ਇਜ਼ਾਦ ਨਹੀਂ ਕੀਤੀ ਗਈ ਸੀ ਮੀਨਸ ਉੱਥੇ ਅੰਨੇਵਾ ਫੋਲੋ ਕੀਤਾ ਜਾਂਦਾ ਸੀ ਜਿਵੇਂ ਕਿਸੇ ਨੂੰ ਕਹਿ ਦਿੱਤਾ ਉਹਨੂੰ ਓਬੇ ਕਰਨਾ ਪੈਂਦਾ ਸੀ ਲੇਕਿਨ ਅੱਜ ਦੇ ਟਾਈਮ ਜੋ ਸੋਲਜਰਸ ਹੈ ਓਬੇ ਜ਼ਰੂਰ ਕਰਦਾ ਹੈ ਲੇਕਿਨ ਉਹ ਆਪਣਾ ਲੌਜਿਕ ਵੀ ਉੱਥੇ ਯੂਜ਼ ਕਰ ਸਕਦਾ ਹੈ ਔਰ ਇਹ ਚੀਜ਼ ਉਸ ਟਾਈਮ ਨਹੀਂ ਸੀ Question number 13. How can you say that discipline is not derogatory? Derogatory means insulted. Apmanjanak. Insult to relate to ya. Tusi kitna keh sakde ho ki jo anushasan hai, o koi insult wali gal nahi hai ede vich. Discipline enables men to live in a community and yet retain individual liberty. Discipline samaj de vich ਇਨਸਾਨ ਨੂੰ ਰਹਿਣ ਦੇ ਕਾਬਿਲ ਬਣਾਉਂਦਾ ਹੈ ਐਂਡ ਯਟ ਰੀਟੇਨ ਔਰ ਫਿਰ ਉਹਨੂੰ ਨਿੱਜੀ ਇੰਡੀਵਿਜੁਅਲ ਲਿਬਰਟੀ ਨਿੱਜੀ ਆਜ਼ਾਦੀ ਦਿੰਦਾ ਹੈ ਕੁਐਸਚਨ ਨੰਬਰ 14 ਵਟ ਟਾਈਪ ਆਫ ਡਿਸਿਪਲਿਨ ਇਜ਼ deliberately designed to submerge the individual insaan da jo apna nij apne aap nu khatam karan layi kis kisam da anushasan jaan bujh ke taiyar kita gaya totalitarian discipline is deliberately designed to submerge the individual sarv sattavadi anushasan apne ਆਪ ਨੂੰ ਖਤਮ ਕਰਨ ਲਈ ਬਣਾਇਆ ਗਿਆ ਹੈ ਇਸ ਚੀਜ਼ ਦਾ ਕੀ ਮੀਨਿੰਗ ਹੈ ਇਹਦੇ ਵਿੱਚ ਆਪਾਂ ਕੀ ਆਪਣੀ ਈਗੋ ਨੂੰ ਖਤਮ ਕੀਤਾ ਜਾਏ ਔਰ ਉੱਥੇ ਡਿਸਿਪਲਿਨ ਨੂੰ ਫੋਲੋ ਕੀਤਾ ਜਾਏ ਆਪਣੇ ਨਿੱਜ ਨੂੰ ਖਤਮ ਕਰਨ ਦਾ ਮਤਲਬ ਇੱਥੇ ਈਗੋ ਨੂੰ ਖਤਮ ਕਰਨ ਦੀ ਹੈ ਜਾਂ ਆਪਣਾ ਵਿਊ ਖਤਮ ਕਰਕੇ ਜੋ ਅਨੁਸ਼ਾਸਨ ਹੈ ਜੋ ਡਿਸਿਪਲਿਨ ਹੈ ਉਹਨੂੰ ਪ੍ਰੋਪਰ ਫੋਲੋ ਕਰਨਾ ਜੋ ਕਿ ਕਿਸੇ ਦਾ ਦਿਲ ਨਹੀਂ ਕਰਦਾ ਸਕੂਲ ਦੇ ਵਿੱਚ ਡਿਸਿਪਲਿਨ ਅਗਰ ਕੋਈ ਫੋਲੋ ਨਾ ਕਰੇ ਤੇ ਉੱਥੇ ਫਾਈਨ ਪੈਂਦਾ ਹੈ ਰੋਡ ਦੇ ਉੱਪਰ ਅਗਰ ਕੋਈ ਡਿਸਿਪਲਿਨ ਨਹੀਂ ਫੋਲੋ ਕਰਦਾ ਤੇ ਫਾਈਨ ਉਹਨੂੰ ਚਲਾਨ ਕੱਟਿਆ ਜਾਂਦਾ ਕਿਉਂ ਕੱਟਿਆ ਜਾਂਦਾ ਕਿ ਪਤਾ ਲੱਗੇ ਕਿ ਇਸ ਚੀਜ਼ ਨੂੰ ਅਸੀਂ ਕਰਨਾ ਲੇਕਿਨ ਫਿਰ ਵੀ ਲੋਕ ਉਸ ਤੋਂ ਬਚਦੇ ਆ ਉਸ ਚੀਜ਼ ਨੂੰ ਫੋਲੋ ਨਹੀਂ ਕਰਨਾ ਚਾਹੁੰਦੇ ਹਾਊ ਡਸ ਦਾ ਆਥਰ ਕਮੈਂਡ ਦਾ ਰੋਲ ਆਫ ਬ੍ਰਿਟਿਸ਼ ਰੇਲਵੇ ਸਿਗਨਲ ਮੈਨ ਇਨ ਦਾ ਲਾਸਟ ਵਾਰ ਪਿਛਲੇ ਯੁੱਧ ਦੀ ਗੱਲ ਜਦੋਂ ਕਰਦਾ ਹੈ ਕਿ ਬ੍ਰਿਟਿਸ਼ ਰੇਲਵੇ ਦੇ ਸਿਗਨਲ ਮੈਨ ਨੇ ਕੀ ਵਧੀਆ ਕੀਤਾ ਸੀ ਤੇ ਆਥਰ ਨੇ ਕਿਉਂ ਉਹਨਾਂ ਦੀ ਸਿਫਾਰਿਸ਼ ਕੀਤੀ ਦੇ ਨਿਊ ਦਾ ਆਥਰ ਕਮੈਂਡਿਡ ਦੇਅਰ ਰੋਲ ਬਾਏ ਸੇਇੰਗ ਦੈਟ ਦੇ ਨਿਊ ਦਾ ਇੰਪੋਰਟੈਂਸ ਆਫ ਦੇਅਰ ਵਰਕ ਉਹਨਾਂ ਨੂੰ ਆਪਣੇ ਕੰਮ ਦੀ ਮਹੱਤਤਾ ਦੇ ਬਾਰੇ ਜਾਣਕਾਰੀ ਸੀ ਕਿ ਅਸੀਂ ਇੱਥੇ ਪੈਸੇ ਦੇ ਲਈ ਕੰਮ ਨਹੀਂ ਕਰ ਰਹੇ ਹਾਂ ਅਸੀਂ ਸਿਰਫ ਇੱਥੇ ਪੈਸੇ ਦੇ ਲਈ ਨਹੀਂ ਕਰ ਰਹੇ ਹਾਂ ਅਸੀਂ ਇੱਥੇ ਅਟੈਂਡੈਂਸ ਦੇ ਲਈ ਨਹੀਂ ਕਰ ਰਹੇ ਹਾਂ ਤਨਖਾਹ ਦੇ ਲਈ ਨਹੀਂ ਕਰ ਰਹੇ ਹਾਂ ਸਾਨੂੰ ਆਪਣਾ ਜੋ ਇਸ ਟਾਈਮ ਕੰਮ ਦੀ ਜ਼ਰੂਰਤ ਹੈ ਉਹ ਅਸੀਂ ਕਰਨਾ ਹੈ ਹਾਊ ਕੈਨ ਅ ਨੇਸ਼ਨ ਓਵਰਕਮ ਐਨ ਇਕੋਨਮਿਕ ਔਰ ਮਿਲਟਰੀ ਕ੍ਰਾਈਸਿਸ ਅੱਜ ਦੇ ਸਮੇਂ ਦੇਸ਼ ਇੱਕ ਆਰਥਿਕ ਸੰਕਟ ਦੇ ਵਿੱਚੋਂ ਜਾਂ ਮਿਲਟਰੀ ਕ੍ਰਾਈਸਿਸ ਦੇ ਵਿੱਚੋਂ ਇਹਨਾਂ ਨੂੰ ਕਿਵੇਂ ਨਿਕਲ ਸਕਦਾ ਹੈ ਆਪਣੇ ਆਪ ਨੂੰ ਕਿਵੇਂ ਕੱਢ ਸਕਦਾ ਹੈ ਜਾਂ ਇਹਨਾਂ ਤੇ ਕਾਬੂ ਕਿਵੇਂ ਪਾ ਸਕਦਾ ਹੈ It is only by discipline, safe or safe discipline, that a nation can overcome an economic or military crisis. Ek discipline hi ehi cheez hai jinu jo ki ede vichon sanu kadd sakdi hai. Ek desh de layi eh bahut zyada zaruri hai. Ek desh de layi ta zaruri hai, sadi apni life de layi bhi bahut zaruri hai. But according to the author, is meant by democracy. ਹੁਣ ਆਥਰ ਦੇ ਅਕੋਰਡਿੰਗ ਹੀ ਲਿਖਣੀ ਆਪਣੀ ਡੈਫੀਨੇਸ਼ਨ ਨਹੀਂ ਲਿਖਣੀ ਹੈ ਕਿ ਅਕੋਰਡਿੰਗ ਟੂ ਆਥਰ ਡੈਮੋਕ੍ਰੇਸੀ ਮੀਨਸ ਦੈਟ ਰਿਸਪੋਂਸੀਬਿਲਿਟੀ ਇਜ਼ ਡੀਸੈਂਟਰਲਾਈਜ਼ਡ ਇੱਥੇ ਆਥਰ ਕੀ ਕਹਿੰਦਾ ਹੈ ਕਿ ਲੋਕਤੰਤਰ ਦਾ ਅਰਥ ਕੀ ਹੈ ਜ਼ਿੰਮੇਵਾਰੀ ਨੂੰ ਡੀਸੈਂਟਰਲਾਈਜ਼ਡ ਕਰਨਾ ਕਿ ਹਰ ਇੱਕ ਬੰਦਾ ਆਪਣੀ ਜ਼ਿੰਮੇਵਾਰੀ ਨੂੰ ਸਮਝ ਸਕੇ ਦੂਸਰਿਆਂ ਦੇ ਉੱਪਰ ਨਾ ਧਕੇਲ ਦੇਵੇ ਦੂਸਰਿਆਂ ਦੇ ਉੱਤੇ ਨਾ ਸੁੱਟ ਦੇਵੇ ਆਪਣੀ ਜ਼ਿੰਮੇਵਾਰੀ ਨੂੰ ਖੁਦ ਸਮਝੇ